ਚੰਡੀਗੜ੍ਹ ਤੋਂ ਵੱਡੀ ਖਬਰ। ਪ੍ਰਦੇਸ਼ ਵਿੱਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਹਰਿਆਣਾ ਵਿਧਾਨ ਸਭਾ ਵਿੱਚ ਦੰਡ ਵਿਧੀ ਨਿਯਮ 2018 ਲਾਗੂ ਹੋਇਆ ਹੈ। ਇਸ ਬਾਰੇ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਸ ਸੰਬੰਧ ਵਿੱਚ ਅੱਗੇ ਜੋ ਵੀ ਦਲੀਲਾਂ ਆਉਣਗੀਆਂ ਉਸ ਦੇ ਮੁਤਾਬਕ ਕਾਨੂੰਨ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਧਾਇਕਾਂ ਨੂੰ ਮਿਲਣ ਵਾਲੀ ਪੈਨਸ਼ਨ ਲਈ ਵੀ ਹਰਿਆਣਾ ਵਿਧਾਨ ਸਭਾ ਵਿੱਚ ਨਿਯਮ ਲਾਗੂ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵਿਧਾਇਕਾਂ ਨੂੰ 50,000 ਪੈਨਸ਼ਨ ਮਿਲੇਗੀ, ਜਿਸ ਵਿੱਚ ਮਹਿੰਗਾਈ ਭੱਤਾ ਵੀ ਜੋੜਿਆ ਜਾਵੇਗਾ। ਇਹ ਸਾਰੇ ਵਿਸ਼ੇ ਮੈਂ ਸਮਝਤਾ ਹੂੰ ਜੋ ਇਸਮੇਂ ਅਭੀ ਇੱਕ ਸੀਮਿਤ ਵਿਸ਼ੇ ਕੇ ਸਾਥ ਯੇ ਬਿਲ ਕੀ ਅਮੈਂਡਮੈਂਟ ਲਾਈ ਜਾ ਰਹੀ ਹੈ ਕਿ ਜੋ 12 ਸਾਲ ਸੇ ਕਮ ਬੱਚਿਓਂ ਕੇ ਸਾਥ ਬਲਾਤਕਾਰ ਜੈਸੀ ਜਾਂ ਸਾਮੂਹਿਕ ਬਲਾਤਕਾਰ ਜੈਸੀ ਘਟਨਾ ਐਸੇ ਦੋ ਹੋਈ ਹੈ ਤੋ ਉਸਮੇਂ ਸਜ਼ਾ ਕਾ ਪ੍ਰਾਵਧਾਨ ਬੜਾਨੇ ਕੀ ਬਾਤ ਕਹੀ ਹੈ ਤੋ ਉਤਨੇ ਸੀਮਿਤ ਅਮੈਂਡਮੈਂਟ ਕੋ ਮੈਂ ਸਮਝਦਾ ਹੂੰ ਇਸ ਬਿਲ ਮੇਂ ਲਾਇਆ ਗਿਆ ਹੈ। ਮੇਰਾ ਨਿਵੇਦਨ ਹੈ ਕਿ ਜੋ ਸਾਰੇ ਸੁਝਾਅ ਜਿਤਨੇ ਆਏ ਹੈ ਕਿਉਂਕਿ ਅਭੀ ਵੀ ਇਹ ਸਾਰਾ ਲੀਗਲ ਰਾਏ ਕਰਕੇ ਇਲਾਜ ਸੇ ਬਾਕੀ ਸਭ ਸੇ ਬਾਤਚੀਤ ਕਰਕੇ ਔਰ ਇੱਕ ਕਦਮ ਆਗੇ ਬੜਾਨੇ ਕੀ ਬਾਤ ਹੈ, ਇੱਕ ਮੈਸੇਜ ਉਸ ਮੈਸੇਜ ਆਏਗਾ ਔਰ ਇਹ ਗਲਤ ਬਾਤ ਹੈ ਕਿ ਇਸ ਵਿਸ਼ੇ ਕੋ ਲੇਕਰ ਕੇ ਕੋਈ ਵੋਟ ਕੀ ਰਾਜਨੀਤੀ ਹੋ ਰਹੀ ਹੈ। ਇਹ ਤੋਂ ਪਿਛਲੇ ਦਿਨੋਂ ਮੈਂ ਇੱਕ ਜੋ ਬਲਾਤਕਾਰ ਕੀ ਘਟਨਾਓਂ ਕਾ ਜਬ ਇਹ ਗ੍ਰਾਫ ਬੜਾ ਔਰ ਇਹ ਪਹਿਲੀ ਵਾਰ ਬੜਾ ਐਸਾ ਨਹੀਂ, ਬੀਚ ਬੀਚ ਮੈਂ ਪਹਿਲੇ ਵੀ ਬੜਤਾ ਰਹਾ, ਜੈਸੇ ਮੈਨੇ ਪਿਛਲੀ ਵਾਰ ਵੀ ਕਿਹਾ ਥਾ ਕਿ 2012 ਮੈਂ ਵੀ ਇਸ ਪ੍ਰਕਾਰ ਸੇ ਬੜਾ ਥਾ। ਇੱਕ ਹੀ ਮਹੀਨੇ ਮੈਂ ਬਹੁਤ ਸੀ ਬਲਾਤਕਾਰ ਕੀ ਸਮੂਹ ਬਲਾਤਕਾਰ ਕੀ ਐਸੀ ਘਟਨਾਏ ਹੋਈ ਥੀ, ਅਭੀ ਫਿਰ ਜਨਵਰੀ ਕੇ ਮਹੀਨੇ ਜਬ ਇਹ ਹੋਈ ਤੋ ਉਸ ਸਮੇਂ ਇਹ ਥਾ ਕਿ ਇਸਕੀ ਇੱਕ ਦਹਿਸ਼ਤ ਇੱਕ ਡਰ ਇੱਕ ਭੈਕ ਬਿਠਾਨਾ ਚਾਹੀਏ ਤੋ ਹਮ ਇਸਕੋ ਇਸਕੀ ਸਜ਼ਾ ਕੇ ਪ੍ਰਾਵਧਾਨ ਕੋ ਬੜਾਏਂਗੇ। For all updated news, please subscribe Ava News and ring the bell.